ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਸੰਗਟੇਸੀਆਂ ਵਿਖੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਦਿਨ ਦਿਹਾੜੇ ਇੱਕ ਔਰਤ ਪਾਸੋਂ ਪਰਸ ਖੋ ਕੇ ਫਰਾਰ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੰਗਟੇਸੀਆਂ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਤਾ ਸੰਦੀਪ ਕੌਰ ਸ਼ਾਮ 5 ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਸੂਰਜਾ ਵੱਲੋਂ ਆਪਣੇ ਘਰ ਸੰਗਟੇਸੀਆਂ ਵੱਲ ਨੂੰ ਆ ਰਹੇ ਸਨ। ਜਦ ਉਹ ਸੰਗਟੇਸੀਆਂ ਦੇ ਸ਼ਮਸ਼ਾਨ ਘਾਟ ਨਜ਼ਦੀਕ ਪੁੱਜੇ ਤਾਂ ਪਿੰਡ ਸੂਰਜਾ ਵੱਲੋਂ ਆਏ ਮੋਟਰਸਾਈਕਲ ਸਵਾਰ ਦੋ ਲੁਟੇਰੇ ਉਸਦੀ ਮਾਤਾ ਪਾਸੋਂ ਪਰਸ ਖੋ ਕੇ ਫਰਾਰ ਹੋ ਗਏ। ਇਸ ਖਿੱਚੋਤਾਣ ਦੌਰਾਨ ਉਸਦੀ ਮਾਤਾ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਈ, ਜਿਸ ਦੌਰਾਨ ਉਸਦੇ ਕੁਝ ਸੱਟਾਂ ਵੀ ਲੱਗੀਆਂ। ਉਸਨੇ ਦੱਸਿਆ ਕਿ ਪਰਸ ਵਿੱਚ ਨਕਦੀ, ਕੁਝ ਜ਼ਰੂਰੀ ਕਾਗਜ਼ਾਤ ਅਤੇ ਮੋਬਾਈਲ ਫੋਨ ਸੀ। ਇਸ ਸੰਬੰਧੀ ਉਹਨਾਂ ਥਾਣਾ ਗੁਰਾਇਆ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸੂਰਜਾ ਤਾਂ ਆਉਂਦੇ ਸੀਗੇ ਤਾਂ, ਅਤੇ ਜਦੋਂ ਸ਼ਮਸ਼ਾਨ ਘਾਟ ਪਿੰਡ ਦੇ ਪਹੁੰਚੇ ਆ, ਦੌੜ ਸਾਈਡ ਤੋਂ ਆਏ ਆ, ਉਹਨਾਂ ਨੇ ਤਾਂ ਮੰਮੀ ਤੋਂ ਪਾਸ ਖਿੱਚ ਲਿਆ, ਮੰਮੀ ਡੈਕ ਆ, ਅਤੇ ਮੈਂ ਮੰਮੀ ਚੱਕਣ ਲੱਗਾ, ਮੰਮੀ ਕਹਿੰਦੇ ਤੂੰ ਵੀ ਮਗਰ ਹੋ ਜਾ, ਅਤੇ ਮੈਂ ਮਗਰ ਹੋਇਆ, ਮਤਲਬ ਲੰਘ ਗਏ ਸੀਗੇ ਉਹ, ਮੈਂ ਗਲਤ ਰਾਹ ਨੂੰ ਪੈ ਗਿਆ ਉਹ ਅਤੇ ਨਿਕਲ ਗਿਆ। ਕਿੰਨੇ ਜਣੇ ਸੀਗੇ? ਦੋ ਜਣੇ ਸੀਗੇ, ਦੋਹਾਂ ਨੇ ਮੂੰਹ ਲਪੇਟੇ ਸੀਗੇ, ਸਪਲੈਂਡਰ ਮੋਟਰਸਾਈਕਲ ਸੀਗਾ ਸਿਲਵਰ ਕਲਰ ਦਾ, ਤਿੰਨ ਮੈਕ ਆ, ਤਿੰਨ ਪੱਖਿਆਂ ਵਾਲਾ ਆ, ਅਤੇ ਮੂਹਰੇ ਡਿਜ਼ਾਇਨ ਜਿਹਾ ਬਣੇ ਆ ਉਹਦੇ, ਲੱਤੇ ਆ ਮਤਲਬ ਹੈਗੇ। ਵਿੱਚ ਕੀ ਕਿੰਨਾ ਪੈਸੇ ਕਿੰਨੇ ਸੀਗੇ? 6000 ਦੇ ਕਰੀਬ ਸੀਗਾ। ਇੱਕ ਮੇਰੀ ਚੈੱਕ ਬੁੱਕ ਸੀਗੀ ਵਿੱਚ, ਨਾਲ ਬੈਂਕ ਦੀ ਕਾਪੀ ਆ, ਅਤੇ ਤਿੰਨ ਪੈਨ ਕਾਰਡ ਸੀਗੇ, ਮੰਮੀ ਡੈਡੀ ਦਾ ਅਤੇ ਭੈਣ ਦਾ ਸੀਗਾ। ਮੰਮੀ ਦਾ ਕੀ ਨਾਮ ਤੁਹਾਡੀ ਦਾ? ਸੰਦੀਪ ਕੌਰ। ਅਤੇ ਡੈਡੀ ਦਾ ਨਾਮ ਕੀ ਆ? ਕਸ਼ਮੀਰ ਸਿੰਘ ਹੈ। ਤੁਸੀਂ ਆਏ ਕਿੱਥੋਂ ਸੀਗੇ? ਅਸੀਂ ਜਲੰਧਰ ਤੋਂ ਆਉਂਦੇ ਸੀਗੇ ਜੀ, ਅਤੇ ਜਾਣੀ ਕਿ ਇਹ ਕੰਮ ਸਾਡੇ ਪਿੰਡ ਹੀ ਹੋਇਆ ਜੀ, ਘਰ ਤੋਂ ਮੇਰੇ ਖਿਆਲ ਅੱਧਾ ਕੁ ਕਿਲੋਮੀਟਰ ਦੂਰ ਹੋਣੀ। ਹਥਿਆਰ ਵਗੈਰਾ ਸੀਗਾ ਉਹਨਾਂ ਦੇ ਕੋਲ? ਨਹੀਂ ਨਹੀਂ ਹਥਿਆਰ ਨਹੀਂ ਸੀਗਾ। ਕੰਪਲੇਂਟ ਕਰ ਦਿੱਤੀ ਪੁਲਿਸ? ਹਾਂਜੀ ਹਾਂਜੀ।